ਦੋ ਸਤਿ ਸ੍ਰੀ ਅਕਾਲ ਦੋਸਤਾਂ, ਇੱਕ ਫੋਰਡ ਦੀ ਕਿੱਟ ਅਸੀਂ ਭੇਜਣ ਲੱਗਿਆ ਉੱਤਰ ਪ੍ਰਦੇਸ਼। ਇਹ ਪਹਿਲਾਂ ਵੀ ਕਿੱਟ ਗਈ ਸੀ, ਟਰਾਂਸਪੋਰਟ ਦੀ ਗਲਤੀ ਨਾਲ, ਮਤਲਬ ਡਰੰਮ ਸਾਡੇ ਟੁੱਟ ਗਿਆ ਸੀ, ਤਾਂ ਹੁਣ ਅਸੀਂ ਆ ਪੇਟੀ ਤਿਆਰ ਕੀਤੀ ਆ, ਪੇਟੀ 'ਚ ਪੈਕ ਕਰਕੇ ਭੇਜਾਂਗੇ। ਇਸ ਵੀਰ ਨੇ ਸਾਨੂੰ ਹਫ਼ਤਾ ਪਹਿਲਾਂ ਪੂਰੀ ਦੀ ਪੂਰੀ ਪੇਮੈਂਟ ਸਾਡੇ ਅਕਾਊਂਟ ਵਿੱਚ ਪਾ ਦਿੱਤੀ ਸੀ, ਤਾਂ ਅੱਜ ਅਸੀਂ ਡਿਲੀਵਰ ਕਰ ਰਹੇ ਹਾਂ। ਇਹਦੇ ਵਿੱਚ ਜਿਹੜੇ ਵੀਰਾਂ ਨੇ ਅੱਜ ਤੱਕ ਵੀਡੀਓ ਨਹੀਂ ਦੇਖੀਆਂ, ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਆਹ ਜਿਹੜਾ ਡਰੰਮ ਹੈਗਾ ਅਸੀਂ ਆਪਣਾ ਢਲਾਉਂਦੇ ਹਾਂ, ਸਾਡਾ ਆਪਣਾ ਮਾਰਕਾ ਹੈ ਜੀ। ਇਹ 22 ਕਿਲੋ ਦਾ ਡਰੰਮ ਹੁੰਦਾ ਜੀ, ਤਿਆਰ ਹੋ ਗਏ ਰਾਤ ਤੇ ਚੜ੍ਹਨ ਤੋਂ ਬਾਅਦ 22 ਕਿਲੋ ਦਾ ਡਰੰਮ ਇਹ ਸਾਡਾ ਤਿਆਰ ਹੁੰਦਾ। ਜਿਹੜਾ ਫੋਰਡ ਦਾ ਡਰੰਮ ਹੈਗਾ ਪੁਰਾਣਾ, ਉਹ 12-13 ਕਿਲੋ ਦਾ ਹੁੰਦਾ, ਬਹੁਤ ਹੈਵੀ ਡਰੰਮ ਹੈਗੇ ਆ। ਤੇ ਆਹ ਸਾਡਾ ਲੈਦਰ ਆ ਜੀ ਤਿਆਰ ਕੀਤਾ ਹੋਇਆ। ਇਹ ਕਾਫੀ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਤੁਸੀਂ ਲੈਦਰ ਕਿਹੜਾ ਪਾਉਂਦੇ ਆ, ਕਿੱਦਾਂ ਸਾਨੂੰ ਕੱਲ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ। ਵੀਰ ਜੀ, ਇਹ ਫੋਰਡ ਦਾ ਹੀ ਲੈਦਰ ਹੈਗਾ, ਤੁਸੀਂ ਦੇਖ ਸਕਦੇ ਹੋ। ਇਹ ਫੋਰਡ ਦਾ ਲੈਦਰ ਅਸੀਂ ਡਬਲ ਕਰ ਦਿੱਤਾ, ਪਹਿਲਾਂ ਸਿੰਗਲ ਹੁੰਦਾ, ਹੁਣ ਡਬਲ ਕਰ ਦਿੱਤਾ। ਇਹ ਜਦੋਂ 3 ਸਾਲਾਂ ਦੀ ਤਾਂ ਸਾਡੀ ਗਰੰਟੀ ਹੈ, 3 ਸਾਲਾਂ 'ਚ ਲੈਦਰ ਘੱਸ ਪਿਆ ਤੁਹਾਨੂੰ ਫ੍ਰੀ ਦੇਵਾਂਗੇ। ਅਗਰ 3 ਸਾਲਾਂ ਤੋਂ ਬਾਅਦ ਕੋਈ ਦਿੱਕਤ ਆਉਂਦੀ ਹੈ, ਤਾਂ ਤੁਸੀਂ ਜਿੱਥੋਂ ਮਰਜ਼ੀ ਇਹ ਲੈਦਰ ਜਿਹੜਾ ਹੈਗਾ ਫੋਰਡ ਦਾ ਲੈ ਕੇ ਤਾਂ ਪਾ ਸਕਦੇ ਹਾਂ, ਮੈਸੀ ਵਿੱਚ ਵੀ ਤਾਂ ਫੋਰਡ ਵਿੱਚ ਵੀ। ਇਹ ਦੋਨਾਂ ਕਿੱਟਾਂ 'ਚ ਅਸੀਂ ਇਹੀ ਲੈਦਰ ਪਾਉਂਦੇ ਹਾਂ। ਆਹ ਦੇਖ ਲਓ ਤੁਹਾਡੇ ਸਾਹਮਣੇ ਆ ਜੀ, 2 ਆ ਪਲੇਟਾਂ ਆ ਜੀ, ਤੇ 4 ਹੈਗੇ ਆ ਲੈਦਰ, ਤੇ 4 ਸੀਲਾਂ ਤੇ ਨਾਲ ਰਬੜਾਂ ਵਗੈਰਾ ਜਿਹੜੀਆਂ ਸਾਰੀਆਂ ਅਸੀਂ ਇਹਦੇ ਵਿੱਚ ਪੈਕ ਕੀਤਾ ਹੋਇਆ, ਇਹ ਸਮਾਨ ਜਾਊਗਾ। ਅਗਰ ਤੁਹਾਨੂੰ ਕਿਤੇ ਜ਼ਰੂਰਤ ਹੈ ਤਾਂ ਆਲ ਇੰਡੀਆ 'ਚ ਕਿਤੇ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ, ਬੁਕਿੰਗ ਕਰਾ ਕੇ ਤਾਂ ਤੁਸੀਂ ਮਾਲ ਕਿਤੇ ਵੀ ਤੁਸੀਂ ਮੰਗਵਾ ਸਕਦੇ ਆ। ਇਹ ਜਿਹੜਾ ਪ੍ਰੋਡਕਟ ਹੈਗਾ ਇਹ ਕਿਸਾਨ ਵੀਰਾਂ ਦੇ ਲਈ ਚੰਗਾ ਹੈਗਾ, ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨੀ ਵੀ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਆ ਸ਼ੇਅਰ ਕਰੋ, ਤਾਂ ਕਿ ਕਿਸੇ ਨੂੰ ਰੁਜ਼ਗਾਰ ਮਿਲ ਸਕੇ, ਕਿਸੇ ਦੀ ਪ੍ਰੋਬਲਮ ਆ ਜਿਹੜੀ ਉਹ ਹੱਲ ਹੋ ਸਕੇ। ਅਸੀਂ ਫੋਰਡ ਅਤੇ ਮੈਸੀ ਦੀਆਂ ਬ੍ਰੇਕਾਂ ਜਿਹੜੀਆਂ ਕਰਦੇ ਹਾਂ, ਆਉਣ ਵਾਲੇ ਸਮੇਂ 'ਚ 36-10 ਦੀ ਬੜੀ ਪ੍ਰੋਬਲਮ ਦੱਸਦੇ ਆ ਕਿਸਾਨ ਵੀਰ, ਜੇ ਹੌਲੀ ਹੌਲੀ ਕਿਤੇ ਸਮਾਂ ਮਿਲ ਗਿਆ ਤਾਂ ਉਹ ਵੀ ਅਸੀਂ ਕਰਾਂਗੇ ਸ਼ੌਕੀਆ ਤੌਰ 'ਤੇ। ਅਤੇ ਇੱਕ ਮੇਰਾ ਵੀਰ ਆਇਆ ਸੀਗਾ ਨਵੇਂ ਸ਼ਹਿਰ ਤੋਂ, ਥੋੜ੍ਹੇ ਦਿਨ ਹੋਇਆ, ਉਹ ਕਹਿੰਦੇ ਜੀ ਅਸੀਂ ਤੁਹਾਡੀ ਵੀਡੀਓ ਦੇਖੀ, ਵੀਡੀਓ ਤਾਂ ਤੁਹਾਡੀ ਚੱਲਦੀ ਆ, ਉਹਦੇ ਉੱਤੇ ਮੋਬਾਈਲ ਨੰਬਰ ਕਿਸੇ ਹੋਰ ਦਾ ਸੀ। ਅਸੀਂ ਜਦੋਂ ਟਰਾਈ ਕੀਤਾ ਤਾਂ ਸਾਨੂੰ ਤਸੱਲੀ ਨਹੀਂ ਹੋਈ, ਸਾਨੂੰ ਲੱਗਿਆ ਵੀ ਇਹ ਫੇਕ ਆ ਵੀਡੀਓ, ਅਤੇ ਵੀ ਤੁਸੀਂ ਇਹ 'ਤੇ ਕੁਛ ਕਰੋ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਸਾਰਾ ਰੋਟੀ ਦਾ ਮਸਲਾ ਆ, ਵੀ ਜੇ ਕੋਈ ਸਾਡੀ ਵੀਡੀਓ ਚੱਕ ਕੇ ਆਪਣਾ ਨੰਬਰ ਵੀ ਉੱਤੇ ਦਿੰਦਾ ਤਾਂ ਕੋਈ ਦੱਕਰ ਨਹੀਂ, ਸਾਡਾ ਹੀ ਭਰਾ ਆ, ਮਸਲਾ ਤਾਂ ਰੋਟੀ ਦਾ ਆ ਜੀ, ਰੋਟੀ ਚੱਲਣੀ ਚਾਹੀਦੀ ਆ।